ਅੱਜ ਦੀ ਕਹਾਣੀ ਕਿਰਪਾਲ ਕਜ਼ਾ ਕੋਣਾ ਦੀ ਕੀੜਿਆਂ ਦਾ ਭੌਣ ਚੱਲ ਬਾਬੇ ਉਤਰਨਾ ਨਹੀਂ ਕੰਡਕਟਰ ਵੀਰੂ ਝੁਣਿਆ ਵੀਰੂ ਤਬ ਕਿ ਆ ਗਿਆ ਅੱਡਾ ਉਹਨੇ ਕਾਹਲੀ ਨਾਲ ਝੋਲਾ ਚੱਕਿਆ ਲੱਗਿਆ ਗਲਤ ਜਗ੍ਹਾ ਉਤਰ ਕਿਉ ਉਹਨੇ ਕਿਹਾ ਸਾਹੂ ਕਿਹੜਾ ਅੱਡਾ ਇਹ ਕਿੱਥੇ ਜਾਣਾ ਹੈ ਰਿਕਸ਼ੇ ਵਾਲੇ ਨੇ ਰਿਕਸ਼ਾ ਮੂਹਰੇ ਕੀਤਾ ਸ਼ੇਖੂਪੁਰੇ ਬੈਠੋ ਬਹਿਣਾ ਨਹੀਂ ਸਾਹੂ ਰਿਕਸ਼ੇ ਵਾਲੇ ਨੇ ਰਿਕਸ਼ਾ ਪਿੱਛੇ ਕਰ ਲਿਆ ਵੀਰੂ ਰੇੜੀ ਵਾਲੇ ਪਾਸੋਂ ਆ ਮੁੰਡਾ ਕ ਨਜ਼ਰ ਸੇਖ ਸਿਰ ਝਟਕਿਆ ਮੱਥਾ ਟੇਦਾ ਬਾਬੇ ਕੀ ਨਾ ਚੁਆ ਸ਼ੇਰਾ ਪਛਾਣ ਨਹੀਂ ਹੋਈ ਪੋਤਾ ਹਰੀਆਂ ਸ਼ਾਂਗ ਹਰੀਏ ਸ਼ਾਂਗੇ ਦਾ ਮੈਂ ਮੁੰਡਾ ਗੱਤੇ ਦੀ ਚੱਲ ਨਲ ਛੱਲੀ ਸੇਖਦਾ ਸੀ ਨੇਖਦਾ ਹਾਂ ਕੋਈ ਤੂੰ ਤਾਂ ਨਲਕੇ ਲਾਉਂਦਾ ਹੁੰਦਾ ਸੀ ਛੱਡ ਤੇ ਕਿਉਂ ਟੂਟੀਆਂ ਲੱਗੀਆਂ ਸਰਕਾਰੀ ਆਪ ਬੀਜੀਆਂ ਕੱਕੜੀਆਂ ਨਾ ਨਾ ਮੰਡੀਆਂ ਫਿਰ ਰੁੱਕ ਕੇ ਕਿਹਾ ਪਿਪਲੀ ਯਾਰ ਬੜੀ ਹੁੰਦੀ ਸੀ ਓਰੇ ਪਿਪਲੀ ਤੇ ਥੜੀ ਕਿੱਧਰ ਗਈਆਂ ਆ ਹਾਈਵੇ ਨੇ ਚੱਕਤੀਆ ਬਾਬੇ ਹੁਣ ਤਾਂ ਔਰੇ ਬਸ ਨਹੀਂ ਖੜਦੀ ਸਿੱਧੇ ਮੂੰਹ ਕਿਉਂ ਭੂੰਡ ਚਲਦਿਆ ਲੋਕਲ ਨਾ ਜਾਂ ਮੈਨੀ ਮੈਨੂੰ ਤਾਂ ਸ਼ੇਖੂਪੁਰਾ ਨਹੀਂ ਦੀਂਦਾ ਕਿਤੇ ਸ਼ੈਲਰ ਵਾਲੀ ਚੱਕ ਕੇ ਲੈ ਗਿਆ ਅੱਡਾ ਪਿੰਡ ਤਾਂ ਰਹਿ ਗਿਆ ਪਿੱਛੇ ਵੀਰ ਨੂੰ ਖਿਜਾਈ ਖੌਕਾ ਲੈ ਪਿੱਛੇ ਨੂੰ ਹੋ ਗਿਆ ਹੱਦ ਹੋ ਗਈ ਉਹ ਸਾਲ ਚੇਹਟ ਲਈ ਉੱਤੇ ਹੋ ਗਈ ਪਿੰਡ ਮੁੜਦੇ ਦੂਰ ਤੱਕ ਦੇਖਿਆ ਸਾਰਾ ਕੁਝ ਹੀ ਬਦਲ ਗਿਆ ਅੰਬਰਸਰੀਆਂ ਦੇ ਖੇਤ ਉਹਨਾਂ ਚ ਗਦਾਮ ਹੀ ਗਦਾਮ ਕਿਸੇ ਨੇ ਦਿਓ ਕਦ ਮਛਰਦਾਨੀਆਂ ਤੰਬੂ ਤਾਣੇ ਕਹਿੰਦੇ ਇਹਨਾਂ ਚ ਸਬਜ਼ੀਆਂ ਉੱਗਦੀਆਂ ਤੁਰਿਆਉਂਦੇ ਲਾਗੋ ਇੱਕ ਦੋ ਮੋਟਰਸਾਈਕਲ ਵਾਲੇ ਪਿੱਛੇ ਝਾਕਦੇ ਗਏ ਸੂਏ ਤੇ ਆਕੇ ਠਠਗ ਗਿਆ ਨਾ ਸੰਧੂਆਂ ਦੇ ਸਪੈਹ ਦੇ ਨਾ ਬਾਗ ਨਾ ਉਥੇ ਪੱਠਾ ਅੰਦਰ ਭੀੜ ਹੋਈ ਕੀ ਹੋ ਗਿਆ ਸ਼ੇਖੂਪੁਰੇ ਨੂੰ ਸਾਲ ਚ ਫਿਰਨੀ ਪਾਰ ਕਰਕੇ ਗੁਰਦੁਆਰੇ ਲਾਗਦਾ ਭਾਈ ਸਿਰ ਤੋਂ ਉੱਚੇ ਹੱਥ ਜੋੜੇ ਵਾਰ ਖਾਲਸਾ ਫਤਿਹ ਵਾਹ ਜੀ ਵਾਹ ਬੜੇ ਪਾਗਲਾ ਹੈ ਰਾਜਾ ਜੀ ਪਛਾਨ ਲਿਆ 100 ਵਿਸਵੇ ਮਹਨ ਰਾਜੀ ਖੁਸ਼ੀ ਕਿਰਪਾ ਦਾਤੇ ਦੀ ਕਰਮਾ ਵਾਲਾ ਭਾਈ ਜੀ ਦੇ ਕਣਕੇ 'ਚ ਹੱਥ ਹੈ। ਬੀਰੂ ਨੇ ਕਿਹਾ ਭੁੱਖ ਲੱਗੀ ਹੋਈ ਸੀ। ਹੈ ਇੱਛਾ ਦਾ ਬੋਲ ਬਾਹਰੂ। ਐਸ ਵੇਲੇ ਪੁਰਬ ਸੀ। ਹੁਣੇ ਛੱਕੇ ਗਈਆ ਸੰਗਤ ਲੈ ਬੋਲ ਤਾਂ ਫਿਰ ਬੀਰੂ ਝੋਲਾ ਤੇ ਡੰਗੋਰੀ ਰੱਖ ਕੇ ਬਹਿ ਗਿਆ। ਸੇਵਾ ਦਾ ਲੰਗਰ ਪਾਉਣ ਲੱਗੇ ਤਾਂ ਬੀਰੂ ਨੇ ਆਤਮ ਮੂੰਹ ਪਰਾ ਕਰ ਲਿਆ ਕਿਉਂਕਿ ਬੀਰੂ ਗੱਫਾ ਵੱਡਾ ਲੈਂਦਾ ਸੀ। ਖੁੱਲਾ ਗੱਫਾ ਸਿੰਘ ਜੀ ਭਾਈ ਬੀਰੂ ਦੀ ਗੱਜ਼ਾ ਤੇ ਜਾਣਦਾ ਸੀ। ਐਸ ਮੋਕੇ ਬੀਰੂ ਪੈਰਾਂ ਭਾਰ ਬੈਠ ਕੇ ਸ਼ੱਕਣ ਲੱਗਾ ਨਿੱਠ ਕੇ ਬਹਿ ਜਾਣ ਤੇ ਖਾਣ ਤੱਕ ਦਸੈਰੀ ਕੜਾ। 10 ਝੋਟੇ ਲੱਡੂਆਂ ਦੇ ਚੁਟਕੀ ਦੀ ਖੇਡ ਸੀ ਵੀਰੂ ਦੀ ਪਿੰਡ 'ਚ ਪਤਾ ਸੀ ਵੀਰੂ ਰਾਜਾ ਇੰਨਾ ਸ਼ਕਤਾਂ ਲੈ ਜੀ ਲੰਗਰ ਵਾਲੀ ਦਾ ਹੋ ਗਈ ਨਿਸ਼ਾ ਪਰ ਤੈਥੋਂ ਬਿਨਾ ਕਿਸ ਨੇ ਪਛਾਣਿਆ ਨਹੀਂ ਖਾਲਸਾ ਜੀ ਵੀਰੂ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਕਿਆ ਤੁਹਾਡੇ ਸਾਹਦ ਸੂਰਤ ਕਰਕੇ ਖਿਆਲ ਆਇਆ ਵੀ ਦਾੜੀ ਵਧੀ ਹੋਈ ਹੈ ਵੀਰੂ ਦੀ țeੜ ਪਜਾਮਾ ਵੀ ਸੀ ਫਿਰ ਵੀ ਉਹਦੇ ਆਉਣ ਦੀ ਖਬਰ ਅਖਬਾਰ 'ਚ ਫੈਲ ਗਈ ਭਾਬੀ ਸਰੋਬੰਤੀ ਲੈਂਬਰ ਤੇ ਕੇਰੋ ਹੁਬਕੇ ਮਿਲੇ ਬੰਦ ਪੈ ਘਰ ਦਾ ਜੰਗਾਲਿਆ ਜਿਹੜਾ ਜਿੰਦਾ ਬਹੁਤ ਔਖਾ ਖੁੱਲਿਆ ਕੋਠੇ ਤੇ ਸਿੱਲ ਤੇ ਜਾਲਿਆਂ ਦੀ ਹਮਕਾਰ ਸੀ ਵੀਰੂ ਨੇ ਮੰਜਾ ਖਿੱਚ ਕੇ ਬੇੜੇ ਚ ਲਾਇਆ ਪਿੰਡ ਮਿਲਣਾ ਆਇਆ ਸਾਰਾ ਟਿਕੇਗਾ ਕਿ ਹੱਥ ਲਾ ਕੇ ਮੁੜੇਗਾ ਇਸਰੀ ਬਹੁਤ ਤੇਜ ਬੋਲੀ ਤੂੰ ਦੱਸ ਹੈ ਕਮਲਾ ਮੈਥੋਂ ਪੁੱਛ ਕੇ ਗਿਆ ਸੀ ਤੈਨੂੰ ਕੀ ਲੱਗਦਾ ਤੇਰੀਆਂ ਤੂੰ ਜਾਣ ਪਹਿਲਾਂ ਵੀ ਖੇਤਾਂ 'ਚ ਹੀ ਰਹਿਾਂ ਰਾਹਾਂ 'ਚ ਹੀ ਰਹਿਾਂ ਗੱਠਾ ਹੀ ਦਿੰਦਾ ਰਹਿਾਂ ਤੇਰਾ ਕੀ ਪਤਾ ਇਸ ਰੂਪਾ ਬਿਨਨ ਹੋਰਾ ਮਾਰਿਆ ਮੁੱਕ ਗਿਆ ਆਣ ਜਾਣ ਹੁਣ ਨਹੀਂ ਜਾਂਦਾ ਇੱਥੇ ਹੱਡੀਆਂ ਰੋਲਣਗੀਆਂ ਇਸਰੀ ਬੀਰੂ ਵਰ ਗਵਨਲ ਤੱਕਿਆ ਨਿਛੇ ਦੀ ਰੋਲਤਾ ਸੀ ਛੇਤੀ ਨਾਲ ਕੋੜਮੇ ਚੋਂ ਕੁੜੀਆਂ ਆਈਆਂ ਤਕਾਲਾਂ ਤੱਕ ਘਰ ਸੰਭਰਤਾ ਸਾਰਾ ਹਰ ਕੋਈ ਮਿਲਣਾ ਹੈ ਬੀਰੂ ਦੇ ਸਿੱਖੀ ਸਰੂਪ ਤੇ ਸ਼ਹਿਰ ਛੱਡ ਕੇ ਆਉਣਾ ਸਾਰਿਆਂ ਨੂੰ ਬਹੁਤ ਵੱਡਾ ਲੱਗ ਰਿਹਾ ਸੀ ਰਾਤ ਉੱਤਰੀ ਦੇਖ ਇਸਰੀ ਬੋਲੀ ਰੋਟੀ ਟੁੱਕ ਦੀ ਦੱਸ ਆਉਂਦੇ ਨੇ ਲੰਗਰ ਛਕ ਲਿਆ ਸੀ ਹੁਣ ਨਹੀਂ ਭੁੱਖ ਚੱਲ ਇੱਕ ਟਾਈਮ ਹਾਜ਼ਰੀ ਲੈ ਕੇ ਆਉਂ ਗਾਹਾਂ ਤੋਂ ਆਪਣੀ ਸੇਕ ਲਈ ਕੱਤੇ ਦੀ ਮਿੱਸੀ ਰੋਟ ਤਿੱਕੀ ਰਾਤ ਜਿਵੇਂ ਮਿਲਣ ਵਾਲਾ ਗਏ ਕੋਠੇ ਤੇ ਮੰਜਾ ਖਿੱਚ ਕੇ ਵੀਰੂ ਪੈ ਗਿਆ ਸਿਰ ਤੇ ਨਿੰਮਲ ਸਮਾਨ ਦੇ ਇੱਕ ਸੁੱਕ ਦਾ ਸਾਹ ਲਿਆ ਆਇਆ ਸ਼ੁਕਰਾਦਤ ਆ ਮਸਾਂ ਕਰੇ ਆਇਆ ਮੈਂ ਆਪਣੇ ਵੀਰੂ ਨੇ ਕਿਹਾ ਮੁੰਡਿਆਂ ਕੋਲ ਸ਼ਹਿਰ ਰਹਿ ਕੇ ਆਇਆ ਸੀ ਸਾਰੇ ਪਿੰਡ ਵਾਲੇ ਦੱਸ ਕੇ ਚੱਲ ਗਏ ਨੂਪੇ ਮਹਿਰੇ ਬਾਰੇ ਸੁਣ ਕੇ ਕੰਬ ਹੋਇਆ ਬੜੀ ਔਖੀ ਮੌਤ ਮਰਿਆ ਜਾ ਕੋੜੀਆ ਤੂੰ ਤਾਂ ਕਹਿੰਦਾ ਸੀ ਇਕੱਠਾ ਮਰ ਇਕੱਠੇ ਮਰਾਂਗੇ ਵੀਰੂ ਦੇ ਅਥਰੂ ਆ ਗਏ ਤੇ ਔਖਾ ਹੋ ਗਿਆ ਉਹ ਪੇਮਰ ਨਾਲ ਜਾ ਰਹੀ ਸੀ ਬੀਰੂ ਦੇ ਪੁਰਖੇ ਕਾਦੇ ਪਿੰਡ ਚਾਇ ਕੋਈ ਨਹੀਂ ਸੀ ਜਾਣਦਾ ਬੀਰੂ ਦੇ ਮਾਪੇ ਖੁਸ਼ੀਏ ਤੇ ਰੱਖੀ ਬੀਰੂ ਇਹ ਜ ਨਾਸ਼ ਨਛੱਤਰ ਸੀ ਮਾਪੇ ਕਿਤੇ ਗੱਠਾਂ ਦੇਣ ਗਏ ਰੇਲ ਦੀ ਲਈ ਤੇ ਚੜ ਗਏ ਰੇਲ ਆ ਗਈ ਵੱਡੇ ਗਏ ਬੀਰੂ ਗਾਹਾਂ ਪਿਓ ਤੋਂ ਵੀ ਅੱਗੇ ਲੰਘਿਆ ਚਾਰ ਹੱਥ ਲੰਬਾ ਕਦ ਪੁਲਵਾਨੀ ਦੇ ਖੁੱਲੇ ਹੱਥ ਪੈਰ ਗੰਦਮੀ ਲੰਗ ਰੰਗ ਪਲਾਂਗ ਡੂੰਢੀ ਫੁਰਤੀ ਸਿਰੇ ਦੀ ਗੰਡਾ ਸਨੇਹੇ ਲੈ ਕੇ ਡਾਂਡੇ ਮੀਂਡੇ ਜਾਂਦਾ ਸਾਈਕਲ ਲਾਰੀ ਤੋਂ ਪਹਿਲਾਂ ਜਾ ਖੜਦਾ ਸਾਰਾ ਕੰਮ ਰਾਜਿਆਂ ਵਾਲਾ ਉਠ ਲਿਆ ਖੁਸ਼ੀਏ ਚਾਹਿਆ ਵੀਰੂ ਜਜ਼ਮਾਨੀ ਸੰਭਾਲੇ ਐਵੇਂ ਹੋਇਆ ਵੀਰੂ ਦਾ ਵਿਆਹ ਮੂਰਤੀ ਨਾਲ ਹੋਇਆ ਮੂਰਤੀ ਵਰ ਬਣ ਕੇ ਘਰ ਚ ਉਤਰੀ ਪਰ ਵੀਰੂ ਦਾ ਦੇ ਤਰਖਲ ਹੋਣ ਦਾ ਸਰਾਪ ਜਿਹੜਾ ਪਹਿਲਾਂ ਹੀ ਸੀ ਮਾਪੇ ਮਰ ਗਏ ਐਸੀ ਹਾਲਤ ਚ ਮੂਰਤੀ ਡੋਲੀ ਨਾ ਭੋਰਾ ਵੀ ਘਰ ਦਾ ਸਾਰਾ ਭਾਰ ਚੱਕ ਲਿਆ ਵੀਰੂ ਜਜ਼ਮਾਨੀ ਵੀਰੂ ਦੇ ਨੈਣ ਨਖ ਜਿੰਨੇ ਸੁਧਾਰਨ ਸੀ ਮੂਰਤੀ ਉੰਨੀ ਖੂਬਸੂਰਤ ਜਿੱਥੇ ਖੜਦੀ ਚਾਨਣ ਖੇਲਦਾ ਸਰਦਾਲ ਰੰਗ ਤਿੱਖੇ ਨਕਸ਼ਾ ਹੱਤਾਂ ਦੀ ਸੂਚੀ ਸੰਧੂਰੀ ਰੰਗ ਕਿਸੇ ਕੰਨਿਆ ਨੂੰ ਵਟਣਾ ਮਿਲਦੀ ਕੰਨਿਆ ਨੂੰ ਮੂਰਤੀ ਦਾ ਰੂਪ ਚੜ ਜਾਂਦਾ ਖਾਰੇ ਚਾੜ ਦੀ ਤਾਂ ਹੱਥ ਓਟ ਗਿਆ ਪਾਣੀ ਤਿਰਵਰਾ ਹੋ ਜਾਂਦਾ ਢੋਲੀ ਨਾਲ ਜਾਂਦੀ ਲਾੜੇ ਮੂਰਤੀ ਲਈ ਤੜਫੁੱਟਦੇ ਉਹਦਾ ਰੂਪ ਡਲਕਾਂ ਮਾਰਦਾ ਚੋਬਰ ਹੌਕੇ ਪਰਦੇ ਧੰਨ ਜਿਗਰਾ ਨਾਈਆਂ ਦਾ ਜਿਨ੍ਹਾਂ ਨੈਣ ਜੱਟਾ ਨਾਲ ਤੋਰੀ ਕਈ ਵਾਰ ਮੁੰਡੇ ਗੱਲਾਂ ਕਰੇ ਜਿਸ ਦਿਨ ਚੱਠਿਆਂ ਦੀ ਧੀ ਨੂੰ ਨੌਸਰ ਬਾਜੀ ਇਹ ਬਲੈਤੀਏ ਦੀ ਸੂਚੀ ਸੇਜ ਤੋਂ ਚੁੱਕ ਲਈ ਨਾ ਮੂਰਤੀ ਪਿੰਡ ਦੇ ਵਿੱਚ ਮਾਣ ਹੋਇਆ ਚੱਠੇ ਦੀ ਤੋੜਨ ਵਾਲੇ ਨੌਸਰਵਾਜੀਆ ਬਲਾਇਤੀਆ ਕਿਸੇ ਹੋਰੇ ਬਾਪ ਨੂੰ ਖੜਾ ਕੇ ਹੋਟਲ 'ਚ ਵਿਆਹ ਕੀਤਾ ੱੱਕੇ ਨਾਲ ਜਾਂਦੀ ਡੋਲੀ ਦੇ ਵਿੱਚ ਨਾਲ ਮੂਰਤੀ ਬੈ ਗਈ ਮੁੰਡਾ ਲੈ ਜਾਂਦਾ ਨਹੀਂ ਸੀ ਬਹਿਰੇ ਭੱਜੇ ਫਿਰਨ ਬਹਿਰਾ ਭੱਜ ਕੇ ਆ ਕੇ ਜਦ ਉਹਨੇ ਮੂਰਤੀ ਤੋਂ ਬਖਸ਼ਿਸ਼ ਮੰਗੀ ਉਹ ਕਹਿੰਦੀ ਮੁੰਡੇ ਦੇ ਪਿਓ ਤੋਂ ਲੈ ਬਹਿਰਾ ਕਹਿੰਦਾ ਮੁੰਡੇ ਦਾ ਪਿਓ ਅਸਲ ਨਹੀਂ ਝੂਠ ਹੈ ਮੂਰਤੀ ਨੇ ਜਦੇ ਜਿਹੜੀ ਉਹਨੂੰ ਪਈ ਸੀ ਮੁੰਦੀ ਦੇਖ ਕੇ ਬਹਿਰੇ ਨੂੰ ਦੱਸਦੀ ਕਹਿੰਦਾ ਨਾ ਸਾਰਾ ਕੁਝ ਝੂਠਾ ਹੈ ਕਿ ਤੂੰ ਨਹੀਂ ਆਇਆ ਬੁਲਾਇਤ ਤੋਂ ਇਹਨੇ ਕੁੜੀ ਵੇਚ ਦੇਣੀ ਥੋਡੀ ਦੇਖ ਕੇ ਜਿਹੜੀ ਪਾਈ ਮੁੰਦੀ ਸੀ ਰਾਤੋਂ ਰਾਤ ਛੱਠਿਆਂ ਦੀ ਧੀ ਲੈ ਕੇ ਮੂਰਤੀ ਪਿੰਡ ਆ ਗਈ ਮੂਰਤੀ ਦੀ ਦਲੇਰੀ ਨਾਲ ਪਿੰਡ 'ਚ ਗੱਲਾਂ ਹੋਣ ਲੱਗੀਆਂ ਤੇ ਦੋਨੇ ਪੁੱਤ ਪਰ ਮੱਦੀ ਤੇ ਕੰਤੂ ਦੋਨੇ ਸ਼ਹਿਰ ਜਾ ਕੇ ਬਸ ਗਏ ਤੇ ਇਸ ਗੱਲੋਂ ਉਹਨਾਂ ਨੂੰ ਝੋਰਾ ਸੀ ਪਰ ਕੰਮ ਉਹਨੇ ਐਨੇ ਕੀਤਾ ਵੀਰੂ ਦੀ ਵੀ ਤਾਂਕ ਸੀ ਜਦ ਵੀ ਉਹ ਜਾਂਦਾ ਏਉਂ ਹੀ ਕੁੜੀ ਪਿੰਡ ਦੀ ਮੰਗਣ ਗਏ ਦੂਜੇ ਪਿੰਡ ਦੇ ਜੱਟ ਨੇ ਲੋਕਾਂ ਦੇ ਖੇਤਾਂ ਵੱਲ ਉਂਗਲ ਕਮਾ ਕੇ ਆਪਣੇ ਦਸਤੇ ਚਾਹ ਪੀਂਦਿਆਂ ਨੂੰ ਛੱਡ ਕੇ ਜੱਟਾਂ ਨੂੰ ਜਿਹੜੇ ਖੇਤਾਂ 'ਚ ਗਿਆ ਦੀ ਉੱਥੇ ਜਾ ਕੇ ਬੀਰੂ ਖੜ ਗਿਆ ਤੇ ਹਰਾ ਵੱਢਣ ਲੱਗਿਆ ਤੇ ਦੂਜੇ ਜੱਟ ਜਿਨ੍ਹਾਂ ਦਾ ਖੇਸ ਹੀ ਡਾਂਗਾ ਲੈ ਕੇ ਆ ਗਏ ਕਿਹੜਾ ਓਏ ਤੂੰ ਮੈਨੂੰ ਤਾਂ ਜੀ ਸਰਦਾਰ ਨੇ ਕਿਹਾ ਸੀ ਰਿਸ਼ਤਾ ਕਰਨਾ ਹੈ ਬੇ ਹਰੇ ਦੀ ਭਰੀ ਲੈ ਕਿਹੜਾ ਸਰਦਾਰ ਓ ਘਰ ਵਾਲਾ ਜੀ ਉਹਨਾਂ ਦੀ ਕਿੱਥੇ ਐ ਜਮੀਨ ਬਾਹਰ ਨਿਕਲ ਚਾਰ ਮਾਰਾਂਗੇ ਡਾਂਗਾ ਤੇਰੇ ਆ ਕੇ ਘਰੇ ਰੌਲਾ ਪਾ ਲਿਆ ਤੇ ਰਿਸ਼ਤਾ ਬਚਾਲਿਆ ਉਦੇ ਬਾਅਦ ਇਸੇ ਤਰ੍ਹਾਂ ਹੀ ਜਿਹੜੇ ਮੁੰਡੇ ਨੂੰ ਇੱਕ ਨੂੰ ਹੋਰ ਦੇਖਾ ਠਾਕਾ ਹੋਇਆ ਸੀ ਉਹਨਾਂ ਨੇ ਮੁੰਡਾ ਬਦਲਤਾ ਜਦ ਮੁੰਦੀ ਪਾਉਣ ਲੱਗੇ ਮੁੰਡੇ ਦੇ ਮੁੰਦੀ ਨਾ ਆਈ ਤਾਂ ਵੀਰੂ ਨੇ ਦੇਖ ਲਿਆ ਮੁੰਡਾ ਬਦਲਤਾ ਜਦ ਉਹਨੇ ਮੁੰਦੀ ਚਾੜੀ ਮੁੰਦੀ ਨਾ ਆਈ ਮੁੰਦੀ ਢਿੱਲੀ ਸੀ ਉਹ ਕਹਿੰਦਾ ਥੱਲੇ ਧਾਗਾ ਬੰਨ ਲੈਣਾ ਨਾ ਭਾਈ ਸ਼ਗਨ ਵਾਲੀ ਮੁੰਦੀ ਆ ਧਾਗਾ ਨਹੀਂ ਬੰਨਣਾ ਉਰੇ ਫੜਾਉ ਮੁੰਦੀ ਵੀਰੂ ਨੂੰ ਪਤਾ ਲੱਗਾ ਜੱਟ ਨੂੰ ਪਰਾਂ ਜਾ ਕੇ ਕਹਤਾ ਮੁੰਡਾ ਬਦਲਤਾ ਇੱਥੇ ਨਹੀਂ ਕੁੜੀ ਬਿਉਣੀ ਪਰ ਇਹ ਸਾਰੀ ਜਜ਼ਮਾਨੀ ਕਰਦੇ ਦੁੱਖ ਲੱਗਿਆ ਜਦ ਪੁੱਤ ਪਿੰਡ ਛੱਡ ਕੇ ਸ਼ਹਿਰ ਚਲੇ ਗਏ ਵਿਆਹ ਸ਼ਾਦੀ ਮਰਨੇ ਪਰਨੇ ਪਿੰਡ ਨਾਉਂਦੇ ਚਾਨਕ ਬੀਰੂ ਦੇ ਪੈਰਾ ਹਟੇ ਇੱਕ ਦਿਨ ਅੱਗ ਮੱਚੀ ਉਹਦੇ ਪੁੱਤ ਮੱਦੀ ਨੇ ਵਿਆਹ ਕਰਾ ਲਿਆ ਬਾਹਰਲੀ ਖਬਰ ਜਿਹੜੀ ਹਰਮੀਤ ਲਿਆਈ ਉਹਨੇ ਮੂਰਤੀ ਨੂੰ ਦੱਸਿਆ ਮੂਰਤੀ ਵੀਰੂ ਨੂੰ ਬੀਰੂ ਨੇ ਮੰਨਣ ਚ ਨਹੀਂ ਕੁੜੀ ਪੜਦੀ ਸੀ ਉੱਥੇ ਸੱਚੇ ਅੰਕਲ ਕੁੜੀ ਨੇ ਦਾਫੇ ਨਾਲ ਕਿਹਾ ਬੀਰੂ ਦੀ ਸੱਤਿਆ ਜੰਦਰੀ ਲੋਕਾਂ ਦੇ ਵਿਆਹ ਕਰਾਉਂਦੇ ਉਮਰਾਂ ਲੰਘੀ ਮੇਰੇ ਵਾਲੇ ਨੇ ਸ਼ਗਨਾ ਵੇਲੇ ਵੀ ਨਹੀਂ ਦੱਸਿਆ ਨਾ ਜੰਜ ਨਾ ਡੋਲੀ ਨੌਕਰੀ ਕਰਦੇ ਸੀ ਇਕੱਠੇ ਕਚਹਿਰੀ ਗਏ ਕਰਾ ਲਿਆ ਕਚਹਿਰੀ ਚ ਕੌਣ ਸੀ ਭਾਈ ਉਹਨਾਂ ਨਾਲ ਕਚਹਿਰੀ ਚ ਲੋੜ ਨਹੀਂ ਹੁੰਦੀ ਅੰਕਲ ਕਿਸੇ ਦੀ ਮਾਪੇ ਦਾ ਵੀ ਨਹੀਂ ਨਾ ਮੱਧੂ ਨੇ ਕਹਿਤਾ ਜਾ ਕੇ ਮੱਦੀ ਨੇ ਕਿ ਮਾਪੇ ਤਾਂ ਮੇਰੇ ਖੱਪ ਗਏ ਬੀਰੂ ਨੂੰ ਹੌਲ ਪਿਆ ਦੇ ਕੰਬੀ ਤੇ ਇਹ ਸੱਚ ਕਿਹਾ ਤੂੰ ਅੰਕਲ ਮੈਂ ਕਿਉਂ ਝੂਠ ਬੋਲ ਲੂੰ ਮੂਰਤੀ ਨੂੰ ਵੀ ਚੱਕਰ ਆ ਗਿਆ ਮੂੰਹ ਤੇ ਚੁੰਨੀ ਲਾ ਕੇ ਰੋਣ ਲੱਗੀ ਬੀਰੂ ਦਾਗਾ ਸੌਰਿਆ ਨੇ ਜਿਉਂਦੇ ਹੀ ਮਾਰਤੇ ਨੌਕਰੀ ਦਾ ਵੀ ਨਹੀਂ ਦੱਸਿਆ ਨੌਕਰੀ ਨੂੰ ਤਾਂ 2 ਸਾਲ ਹੋ ਗਏ ਲੱਗੇ ਨੂੰ ਮੱਦੀ ਨੂੰ ਚੱਲੀਏ ਕਿੱਥੇ ਮੱਦੀ ਕੋਲ ਮਰਿਆ ਜਾਏਗਾ ਮੂਰਤੀ ਨਹੀਂ ਗਈ ਉਸ ਤੋਂ ਬਾਅਦ ਬੀਰੂ ਤੇ ਮੂਰਤੀ ਦੇਹ ਦੀ ਕਬਰ ਚ ਦਫਨ ਹੋ ਗਈ ਨਮੋਸ਼ੀ ਦੇ ਮਤਨ ਵਿਆਹਾਂ ਦੇ ਸਾਹੇ ਚੜਾਏ ਤਾਂ ਮੂਰਤੀ ਸਿਰ ਫਿਰ ਗਈ ਮੈਂ ਨਹੀਂ ਜਾਣਾ ਪਿੰਡ ਚ ਸ਼ਰਮ ਮੰਨ ਗਈ ਮੇਰੇ ਜੋ ਆਕਾ ਨੇ ਵਿਆਹ ਕਰਾਇਆ ਦੱਸਿਆ ਹੀ ਨਹੀਂ ਜਦੋਂ ਮੇਰੀ ਛਾਤੀ ਦੀ ਦੁੱਧ ਚ ਖੋਟ ਨਿਕਲੀ ਤਾਂ ਮੇਰੇ ਲਈ ਜਹਾਨ ਵੀ ਗਿਆ ਮੂਰਤੀ ਕਦੇ ਸਿਵਿਆਂ ਚ ਗਈ ਨਹੀਂ ਸੀ ਉਹ ਆਪਣਾ ਸਵਾ ਆਪ ਹੀ ਸੀਖ ਲਿਆ ਬੀਰੂ ਕੱਲ੍ਹਾਈ ਬਾਹਰ ਲਿਆਂਦੀ ਹਰਮੀਤ ਦੇ ਵਿਆਹ ਕੰਮਾਂ ਚ ਖੱਜਤ ਖਬਰ ਮਿਲੀ ਕਿ ਕੰਤੂ ਹਸਪਤਾਲ ਚ ਦਮ ਤੋੜਦਾ। ਬੀਰੂ ਪੈਰੋਂ ਨਸ ਤੋੜਿਆ ਪਤਾ ਲੱਗਿਆ ਕੰਤੂ ਦਾ ਵੱਡਾ ਹਾਦਸਾ ਹੋ ਗਿਆ। ਖੜੇ ਖੜੋਤੇ ਬੀਰੂ ਦੀ ਭੁੱਬ ਨਿਕਲੀ। ਕੰਦਾ ਸਹਾਰਾ ਲੈ ਕੇ ਬਹਿ ਗਿਆ ਪੀੜ ਚੋਂ ਮੱਦੀ ਤੇ ਉਹਦੀ ਘਰ ਵਾਲੀ ਨੇ ਆ ਕੇ ਹੱਥ ਲਾਏ। ਸ਼ਹਿਰ ਜਾ ਕੇ ਜਦ ਦੇਖਿਆ ਪੁੱਤ ਮਰਨ ਦੇ ਕੰਡੇ ਖੜਾ। ਪਿੰਡ ਨੇ ਹੌਸਲਾ ਕੀਤਾ ਕਹਿੰਦੇ ਨੋਟ ਬਰਾਬਰ ਤੋਲਣੇ ਪੈਣੇ ਤਾਂ ਬਚੂ। ਦੂਜੇ ਦਿਨ ਹਰਮੀਤ ਦੀ ਡੋਲੀ ਸੀ। ਬੀਰੂ ਦੇਰ ਰਾਤ ਬਾਹਰ ਲਿਆਂਦੇ ਘਰ ਸੀ। ਕਮਾਚ ਖਤਸੀ ਹਰਮੀਤ ਵੀਰ ਨੂੰ ਚਵਾਰੇ ਸੱਦਿਆ ਅੰਕਲ ਕਿਵੇਂ ਆਕਲਵੰਤ ਰੱਬ ਜਾਣਦਾ ਧੀਏ ਮੈਨੂੰ ਤਾਂ ਅੰਦਰ ਨਹੀਂ ਜਾਣ ਦਿੱਤਾ ਅੰਕਲ ਜਾਣਦੀਆਂ ਪਿੰਡ ਕਰ ਰਿਆ ਮਦਦ ਦੇ ਕਾਫੀ ਨਹੀਂ ਕਿਉਂ ਮੈਂ ਜਾਣਦੀ ਆ ਬਹੁਤ ਪੈਸੇ ਦੀ ਲੋੜ ਆ ਅੰਕਲ ਕੁੜੀ ਨੇ ਕਿਹਾ ਮੈਂ ਕਰਾਂ ਮਦਦ ਹੈ ਕੰਬਲੀ ਤੇਰੇ ਤੋਂ ਧੀ ਧਿਆਣੀ ਤੋਂ ਲੈ ਕੇ ਨਰਕਾਂ ਨੂੰ ਜਾਵਾਂ ਚੰਗਾ ਫਿਰ ਧੀ ਦੀ ਮਦਦ ਕਰਦੇ ਅੰਕਲ ਮੈਂ ਹਾਂ ਤੁਸੀਂ ਧੀ ਟਿਚਰ ਕਰਦੀ ਆਂ हां करो मेरे को पुत्त की आ देण नु मैं ता ਪਿੰਡ ਦਾ ਨਾਈ ਆ ਥੋਡਾ ਦੇਣਾ ਕੁਛ ਨਹੀਂ ਹੋਰ ਮੇਰੀ ਸਹੇਲੀ ਆਇਆ ਬਲੈਤੋਂ ਡੈਡੀ ਨਾਲ ਬਣਦੀ ਨਹੀਂ ਮੇਰਾ ਕੱਲ ਨੂੰ ਵਿਆਹ ਹੋ ਜਾਣਾ ਸਹੁਰਿਆਂ ਨੇ ਮਿਲਦੇ ਨੇ ਮੈਂ ਉਹਨੂੰ ਮਿਲਣਾ ਚਾਹੁੰਦੀ ਆ ਦਿਲ ਤੜਪਦਾ ਮੈਨੂੰ ਰੋਕਿਓ ਨਾ ਮੈਂ ਕਿਉਂ ਰੋਕੂ ਭਾਈ ਅੰਕਲ ਮੈਂ ਘਰੇ ਨਹੀਂ ਬਲਾ ਸਕਦੀ ਫੇਰ ਬਾਹਰ ਦੀਆਂ ਸਮਾਧਾਂ ਤੱਕ ਆ ਜੂ ਉਹ ਪਰ ਤੂੰ ਬਾਹਰ ਕਿਵੇਂ ਜਾਵੇਂਗੀ ਤਕਾਲੀ ਮੱਥਾ ਟੇਕਣ ਨਹੀਂ ਗਈ ਗੁਰਦੁਆਰੇ ਜਦ ਮਾਂ ਨੂੰ ਪੁੱਛ ਕੇ ਜਾਵੇਂਗੀ ਨਹੀਂ ਇਉਂ ਨਹੀਂ ਅੰਕਲ ਤੈਨੂੰ ਮਦਦ ਕਰਨੀ ਪੈਣੀ ਆ ਨਾ ਪੁੱਤ ਪਾਪ ਨਾ ਚਾੜ ਮੂੰਹ ਨਾਲ ਗੱਲ ਕਰ ਤੁਹਾਨੂੰ ਕਿਹਾ ਨਾ ਮੰਮੀ ਡੈਡੀ ਨਾਲ ਬਣਦੀ ਨਹੀਂ ਉਹਨਾਂ ਦੀ ਉਹਨੇ ਮੇਰੀ ਸਹੇਲੀ ਨੂੰ ਮਿਲ ਨਹੀਂ ਦੇਣਾ ਬਲੈਤੋਂ ਆਈ ਆ ਮੈਂ ਰਹਿ ਜਾਣਾ ਬਸ ਚਵਾਰੇ ਤੂੰ ਪਿੱਛੇ ਦੀ ਮੈਂ ਉਤਰਨਾ ਮੇਰੀ ਮਦਦ ਕਰਦੀ ਥੋਡੇ ਨਾਲੇ ਮੁੜਿਆ ਨਾ ਪੁੱਤ ਚੋਰੀ ਵਾਲਾ ਕੰਮ ਮੈਂ ਨਹੀਂ ਕੀਤਾ ਸਾਰਾ ਪਿੰਡ ਮੈਨੂੰ ਜਾਣਦਾ ਮੈਂ ਪਿੰਡ ਨੂੰ ਜਾਣਦਾ ਠੀਕ ਹੈ ਅੰਕਲ ਮੈਂ ਤਾਂ ਡੈਡੀ ਸਮਝ ਕੇ ਕਹੇ ਕੁੜੀ ਡਸਣ ਲੱਗੀ ਵੀਰੂ ਨੂੰ ਦਾ ਮਨ ਟੁੱਟ ਗਿਆ ਤੇ ਅਖੀਰ ਕੁੜੀ ਨੂੰ ਰਾਤ ਨੂੰ ਉਹਨੇ ਚਵਾਰੇ ਤੋਂ ਲਾ ਲਿਆ ਮੂਰੇ ਕਾਰ ਖੜੀ ਸੀ ਕੁੜੀ ਸਮਾਦਾ ਕੋਲ ਗਈ ਅੰਕਲ ਤੁਸੀਂ ਰੱਖੋ ਮੈਂ ਸਹੇਲੀ ਨੂੰ ਮੁੜਿਆ ਦੇਖ ਦੇਈ ਕਾਰ ਸਿਪਨ ਹੋ ਗਈ ਵੀਰੂ ਦੀ ਖਾਨੇੋਂ ਗਈ ਕੁੜੀ ਤਾਂ ਭੱਜ ਗਈ ਬਾਪਰ ਗਿਆ ਪਿੰਡ ਚ ਰੋਲਾ ਪੈ ਗਿਆ ਸਾਰਾ ਬਾਹਰ ਲਿਆਂ ਦੀ ਮਿੱਤੋਂ ਨਿਕਲ ਗਈ ਬਾਹਰ ਲਿਆਂ ਦੀ ਮਿੱਤੋਂ ਨਿਕਲੀ ਕੋਈ ਪੱਖ ਸੂਏ ਦੌੜੇ ਪੁੱਸ ਭੱਜੀ ਮੂਰਤੀ ਸਿੱਧੀ ਵੀਰ ਕੋਲ ਗਈ ਗਰਜੀ ਤੂੰ ਕਿੱਥੇ ਸੀ ਗਵੱਜਿਆ ਤੇਰੇ ਹੁੰਦੇ ਕੁੜੀ ਕਿਵੇਂ ਚਲੇ ਗਈ ਵੀਰੂ ਚੋਪ ਵੱਡੇ ਤਾਂ ਲਹੂ ਨਹੀਂ ਸੀ ਪਿੰਡ ਨੇ ਕਿਹਾ ਇੱਕ ਗਿਆ ਦੂਜਾ ਤਾਂ ਬਚਾਓ ਉਹ ਪੈਸੇ ਤੇ ਵੀਰੂ ਸਮੇਤ ਹਸਪਤਾਲ ਗਏ ਅੱਗੋਂ ਮੱਦੀ ਦੌੜ ਕੇ ਪੜਿਆ ਪਿਓ ਨੂੰ ਪਰੇ ਲੈ ਗਿਆ ਤੁਸੀਂ ਨਾ ਭੇਜਦੇ ਤਾਂ ਕੰਤੂ ਗਿਆ ਸੀ ਵੀਰੂ ਨੇ ਮੱਦੀ ਵੱਲ ਦੇਖਿਆ ਮੈਂ ਤਾਂ ਕੁਛ ਨਹੀਂ ਭੇਜਿਆ ਮੈਂ ਹੋਰ ਕਿਨੇ ਭੇਜਿਆ ਬਾਹਰल्या ਦੀ ਹਰਮੀਤ ਨੇ ਸਾਰਾ ਪੈਸਾ ਭੇਜਿਆ ਕਾਰ ਵਾਲੇ ਮੁੰਡੇ ਨੇ ਤਾਂ ਗਿਆ ਪੈਸੇ ਤੁਸੀਂ ਪੈ ਕਾਰ ਵਾਲੇ ਮੁੰਡੇ ਨੇ ਤਾਂ ਕਿਹਾ ਪੈਸੇ ਤੁਸੀਂ ਭੇਜਨੇ ਵੀਰੂ ਨੂੰ ਦੰਦਲ ਪੈ ਗਿਆ ਮੱਦੀ ਨੂੰ ਲੱਗਿਆ ਕੋਈ ਓਹਲੇ ਵਾਲੀ ਗੱਲ ਐ ਉਹ ਦੜ ਵੱਟ ਗਿਆ ਕੀ ਨੇ ਦਿੱਤੇ ਕਿਵੇਂ ਕੀਤਾ ਪੰਚਾਇਤ ਦੀ ਗੱਲ ਸੀ ਬੀਰੂ ਦੇ ਦਿਲ ਤੇ ਬਹਿ ਗਈ ਅਦਮੋਈ ਦੇ ਨਾਲ ਪਿੰਡ ਆਇਆ ਵੀ ਮੈਂ ਪੈਸੇ ਲੈ ਕੇ ਕੁੜੀ ਭਜਾਤੀ ਮੇਰਾ ਤਾਂ ਪੁੱਤ ਬਚ ਗਿਆ ਘਰ ਵਿੱਚ ਘਰਸੀ ਮੂਰਤੀ ਨਹੀਂ ਰਹੀ ਬਿਨਾਂ ਦੱਸੇ ਬਿਨਾਂ ਮਿਲੇ ਸਿਬਿਆਂ ਦੇ ਰਹਿ ਪੈ ਗਈ ਮਰਦੀ ਹੋਈ ਰੱਖੀ ਕੋਲ ਬਿਰਕੀ ਤਾਈ ਮੱਦੀ ਦੇ ਪਿਓ ਨੂੰ ਕਹੀਂ ਰਾਜਾ ਬਣ ਕੇ ਰਹਿੰਦਾ ਤਾਂ ਮੈਂ ਮਰਨਾ ਨਹੀਂ ਸੀ ਹੁਣ ਮੈਂ ਉਹਦੇ ਮੱਥੇ ਨਹੀਂ ਲੱਗਣਾ ਮੂਰਤੀ ਨੂੰ ਐ ਹੋ ਗਿਆ ਕਿ ਪੈਸੇ ਲੈ ਕੇ ਵੀਰੂ ਨੇ ਕੁੜੀ ਭਜਾਈ ਆ ਵੀਰੂ ਮੂਰਤੀ ਨੂੰ ਦਾਗ ਦਿੱਤਾ ਮਿੱਟੀ ਕਿਉਂਟੀ ਢਾ ਮਾਰੀ ਦਬ ਚੀਕਿਆ ਸਿਵੇ ਚੋਂ ਚਵਾੜੀ ਚੁੱਕੀ ਪਿੰਡਾ ਖਰੂੜਿਆ ਕੱਪੜੇ ਲਾਹੇ ਲਾਂਗੜ ਕਸੀ ਚੀਕਾਂ ਮਾਰਦਾ ਦੇ ਥੇ ਉਥਲੇ ਕੀੜਿਆਂ ਦੇ ਭੌਣ ਤੇ ਬਹਿ ਗਿਆ ਜਾ ਕੇ ਨੰਗਾ ਪਿੰਡਾ ਸਦੀਆਂ ਪੁਰਾਣੀ ਦੇ ਅੱਧੇ ਕੀਲੇ ਅੱਧੇ ਕੀਲੇ 'ਚ ਪੌਣ ਕੀੜੇ ਇੰਨੀ ਤਦਾਦ ਨਿਕਲੇ ਭੋਏ ਨਾ ਦੇਖੀ ਸ਼ੁਕਰ ਦੀ ਆਵਾਜ਼ ਗੂੰਜੇ ਬੰਦਾ ਪੰਰਿੰਦਾ ਸੱਪ ਸਲੂੰਗੜਾ ਡੰਗਰ ਨੇੜੇ ਨਹੀਂ ਸੀ ਜਾਂਦੇ ਉੱਥੇ ਦੂਰ ਤੱਕ ਪੌਣਾ ਦੀ ਦਹਿਸ਼ਤ ਸੀ ਅੱਧੇ ਕੀਲੇ 'ਚ ਪੌਣ ਸੀ ਪਿੰਡਾ ਤੜਫੁੱਟਿਆ ਕੀੜਿਆਂ ਨੇ ਬੀਰੂ ਖਾ ਲਿਆ ਇੰਨਾ ਤਸੀਹਤਾ ਕੁੰਭੀ ਨਰਕ ਤੋਂ ਵੀ ਮਾੜਾ ਹੈ ਸੋਚ ਕੇ ਕਾਂਬਾ ਛੜਦਾ ਲੋਕਾਂ ਨੇ ਮਿੰਤਾ ਕੀਤਿਆਂ ਪੁੱਤਾਂ ਵਾਸਤਾ ਪਾਇਆ ਨੂਹਾ ਚੁੰਨੀ ਰੁਕੀ ਬੀਰੂ ਕੁਝ ਕਰ ਲੈ ਮੂਰਤੀ ਵਾਪਸ ਨਹੀਂ ਆਉਣੀ ਬੀਰੂ ਨਾ ਰੁਕਿਆ ਨਾ ਬੀਰੂ ਦਾ ਦੁੱਖ ਬੀਰੂ ਨੂੰ ਹੀ ਪਤਾ ਸੀ ਕਹਿੰਦਾ ਮੇਰੇ ਕਰਕੇ ਘਰ ਵਾਲੀ ਮਰ ਗਈ ਮੈਂ ਪਾਪ ਖੱਟ ਲਿਆ ਕੰਨਿਆ ਭਜਾ ਲਈ ਪੈਸੇ ਮੈਂ ਲੈ ਲੇ ਮੈਂ ਤਾਂ ਹੁਣ ਕੀੜਿਆਂ ਤੇ ਭੌਂਟ ਤੇਰ ਕੋਣ ਤੇ ਤੁਲ ਗਿਆ ਕਿਉਂ ਕੋ ਰਿਆ ਸੀ ਕੋਈ ਨਹੀਂ ਸੀ ਜਾਣਦਾ 1 2 5 7 ਦਿਨ ਨਾ ਅੰਨ ਨਾ ਪਾਣੀ ਕੀੜੇ ਤੋੜ ਤੋੜ ਖਾ ਗੇ ਪਿੰਡਾਂ ਲਹੂ ਉਹ ਲਹਾਨ ਪੀੜ ਨਾਲ ਦੇਵ ਬਲਸ ਦੀ ਚੀਕਾਂ ਚੁਣ ਸੁਣਦੀਆਂ ਬੇਬਾਹ ਹੁੰਦੀ ਭੌਂਟ ਤੇ ਲੜਦਾ ਬੇਹੋਸ਼ ਹੋ ਗਿਆ ਕਈ ਵੇਰ ਲੱਗਦਾ ਗਿਆ ਅੱਖਾਂ ਬੁੱਲ ਮੂੰਹ ਨੱਕ ਹੱਥ ਪੈਰ ਦੇ ਪਾਠ ਜਾਣ ਸੁੱਜ ਗੇ ਪਿੰਡੇ ਤੋਂ ਲਹੂ ਵਗਦਾ ਪਛਾਣ ਵਿਗੜ ਗਈ ਅੱਖਾਂ 'ਚ ਲਹੂ ਉਤਰਿਆ ਸਾਹ ਛੜ ਗਿਆ ਦੇ ਐਸੀ ਬਦਸੂਰਤ ਹੋ ਗਈ ਦੇਖ ਕੇ ਭੈ ਆਉਂਦਾ ਕਿਸੇ ਕਹਿਆ ਮੂਰਤੀ ਚੰਬੜ ਗਈ ਕਿਸੇ ਕਹਿਆ ਮੱਦੀ ਦਾ ਵਿਆਹ ਕਾਰਨ ਮੰਨ ਲਿਆ ਕਿਸੇ ਕਹਿਆ ਕੰਤੂ ਦਾ ਹਾਦਸਾ ਬਹੁਤੇ ਮੂਰਤੀ ਦੀ ਮੌਤ ਕਹਿੰਦੇ ਮੂਰਤੀ ਦਾ ਦੇਹ ਮਹੀਨਿਆਂ ਬਾਅਦ ਬੰਦੇ ਦੇ ਬੇਡਰੋਇਲ ਰੂਪ ਵਿੱਚ ਦੁਸਿਆ ਪਿੰਡ ਗਿਆ ਕੋਈ ਭੋਜ ਸੀ ਕਿਸਦੇ ਰੋਟੀ ਖਾਣ ਬੈਠਾ ਪਹਿਲਾਂ ਨੰਨਾ ਧਰੀ ਗਿਆ ਖਾਣ ਬੈਠਿਆ ਤਾਂ ਹਟਿਆ ਹੀ ਨਹੀਂ ਦੇਹ ਬਦਲ ਗਈ ਚਿਹਰਾ ਬਦਲ ਗਿਆ ਵੀਰੂ ਦਾ ਸਭ ਕੁਝ ਕੋਈ ਬੰਦਾ ਇੰਨਾ ਖਾਂਦਾ ਉਹ ਇਹਦੇ ਵਿੱਚ ਪ੍ਰੇਤ ਹੈ ਇਹਦੇ ਵਿੱਚ ਬੈਠ ਕੇ ਜਿਦੀ ਘਰ ਵਾਲੀ ਖਾਂਦੀ ਆ ਕੋਈ ਨਹੀਂ ਸੀ ਜਾਣਦਾ ਵੀਰੂ ਨੇ ਪਿੰਡ ਪਿੰਡੇ ਕੀੜਿਆਂ ਚ ਕਿੰਨੇ ਕੁ ਜ਼ਹਿਰੀ ਡੰਗ ਸੀ ਪੀੜ ਉਹਨੇ ਕਿਉਂ ਇੰਨੀ ਜ਼ਹਿਰੀ ਹੱਸਣਾ ਬੋਲਣਾ ਰੋਣਾ ਬਿਲਕੁਲ ਵੀਰੂ ਭੁੱਲ ਗਿਆ ਸਮਾਂ ਆ ਗਿਆ ਉਹਦੇ ਚੁੱਪ ਤੇ ਦੇਹ ਤੋਂ ਪਹਿ ਲੋਕਾਂ ਨੂੰ ਆਉਂਦਾ ਅਚਾਨਕ ਸਮਾਂ ਰੁਕ ਗਿਆ ਸੂਰਜ ਚੰਨ ਤਾਰੇ ਧੁੱਪ ਹਨੇਰੇ ਸਾਹਮਣੇ ਵੀਰੂ ਨੂੰ ਚੁੱਪ ਹੀ ਸੁਣਿਆ ਖਾਸ ਕਰਕੇ ਜਦ ਪਿੰਡ ਚ ਨਵੋਦਿਆ ਸਕੂਲ ਖੁੱਲਣ ਦੀ ਖੁਸ਼ੀ ਚ ਚੀਕ ਰਿਹਾ ਸੀ ਵੱਡੇ ਸਰਕਾਰ ਸਰਦਾਰਾਂ ਨੇ ਨਵੋਦਿਆ ਲਈ ਦਿੱਤੀ ਥਾਂ ਬਦਲੇ ਬੀੜ ਦੀ 10 ਗੁਣਾ ਥਾਂ ਵਟਾ ਲਈ ਰੁਕ ਗਿਆ ਸਮੇਂ ਨੂੰ ਬੀੜ ਆਵਾਜ਼ ਕਰਨ ਲਈ ਬੰਦਿਆਂ ਦੀ ਨਹੀਂ ਵੀਰੂ ਜੇ ਪ੍ਰੇਤਾਂ ਦੀ ਲੋਟ ਸੀ ਵੀਰੂ ਨੇ ਅੰਗੜਾਈ ਲਈ ਰਹਿ ਗਈ ਮੈਲ ਤੋਂ ਲਈ ਬੀੜ ਦੇ ਜੰਗਲ ਚ ਖੜਾ ਦਰਖਤ ਵੱਡ ਵੱਡ ਗਰੇਲਾ ਤੇ ਜਦ ਇੱਕ ਵਾਰ ਕੁਹਾੜੀ ਲੈ ਕੇ ਦਰਖਤ ਨੂੰ ਪੈਂਦਾ ਦਰਖਤ ਥੱਲੇ ਡਿੱਗਦਾ ਲੋਕ ਕਹਿੰਦੇ ਉਹ ਕੀ ਹੋ ਗਿਆ ਇਹਦੇ ਨਾਲ ਗੱਲ ਕੀ ਸਾਰਾ ਜੰਗਲ ਸਾਫ਼ ਕਰਕੇ ਪਿੰਡ ਪਰਤਿਆ ਸਾਵਾ ਹੋਇਆ ਜਦ ਤੱਕ ਵੀਰੂ ਨਹੀਂ ਆਈ ਨਵਾਂ ਵੀਰੂ ਸੀ ਪਤਾ ਲੱਗਿਆ ਉਹਦੇ ਕੰਤੂ ਵੀ ਵਿਆਹ ਲਿਆ ਮੱਦੀ ਦੇ ਘਰ ਤੀ ਸੀ ਤੇ ਚਲ ਕੱਟ ਲਿਆ ਦਸੌਂਦਾ ਬਹੁਤ ਚਲ ਹੁਣ ਤੈਨੂੰ ਸ਼ਹਿਰ ਲੈ ਚਲੀਏ ਦੋਨੇ ਮੁੰਡਿਆਂ ਨੇ ਕਿਹਾ ਪਿੰਡ ਦੇ ਨੇ ਕਿਹਾ ਲੈ ਜਾ ਉੱਥੇ ਜਾ ਕਹਿੰਦੇ ਨੇ ਤੁਰ ਜਾ ਉੱਥੇ ਚਲੇ ਗਿਆ ਸਟੋਰ ਚ ਮੰਜਾ ਡਾਤਾ ਵੀਰੂ ਦਾ ਹਵਾ ਹਰੇ ਜੰਗਲ ਪਾਣੀ ਲਈ ਮੌਜ ਰਹੂ ਦੂਜੇ ਟਾਈਮ ਪਾਸਤਾ ਕਰ ਲੰਦਾ ਜੁਗਾੜ ਕਰਤਾ ਕਿਵੇਂ ਐ ਧਿਆਨ ਨਾਲੇ ਦੇਵੀ ਦੇ ਦਰਸ਼ਨ ਨਾਲੇ ਮੁੰਜ ਦਾ ਵਪਾਰ ਨਾਲ ਇੱਕਾ ਜਗਾ ਖਾਲੀ ਪਈ ਐ ਚ ਸਬਜੀ ਬੀਜ ਲਿਆ ਕਰ ਆਪਣਾ ਸਟੋਰ ਚੋਂ ਨਿਕਲ ਕੇ ਇੱਧਰ ਨੂੰ ਰਹਾ ਕਰ ਦੋਨੇ ਘਰ ਵਾਲੀਆਂ ਨੇ ਰੋਟੀ ਦੇ ਪੀੜੇ ਛੋਟੇ ਕਰਤੇ ਵੀਰੂ ਦੀ ਜਾਨ ਟੁੱਟ ਗਈ ਵੀਰੂ ਔਖਾ ਹੋ ਗਿਆ ਮੁੰਡਿਆਂ ਨੇ ਪੁੱਛਿਆ ਉਹ ਕਹਿੰਦਾ ਇਹ ਤਾਂ ਰੋਟੀ ਵੀ ਨਹੀਂ ਖਾਣ ਦਿੰਦੀਆਂ ਰੱਜਮੀ ਇਉਂ ਕਰ ਕਰ ਪਰਲੇ ਬੰਨੇ ਗੁਰਦੁਆਰੇ ਦੇ ਕੋਲ ਕਾਰ ਸੇਵਾ ਚੱਲਦੀ ਆ ਦਿਨ ਨਾਲੇ ਈਟਾਂ ਫੜਾਇਆ ਕਰ ਨਾਲੇ ਉੱਥੇ ਲੰਗਰ ਛਕਿਆ ਕਰ ਬੀਰੂ ਉੱਥੇ ਜਾਣ ਲੱਗ ਗਿਆ ਲੰਗਰ ਛਕਦੇ ਇੱਕ ਦਿਨ ਭਾਈ ਜੀ ਨੇ ਕਿਹਾ ਲੰਗਰ ਬਹੁਤ ਸ਼ਕ ਨਾ ਤੂੰ ਈਟਾਂ ਘੱਟ ਫੜਾਉਣਾ ਕਿਉਂ ਇਹ ਤਾਂ ਜ਼ਹਿਰ ਹੈ ਇਹ ਤਾਂ ਤੇਰੇ ਸਰੀਰ ਦੇ ਵਿੱਚ ਜ਼ਹਿਰ ਬਾ ਹੋ ਜੂ ਇਹ ਪੂਜਾ ਦਾ ਧਾਨ ਹੈ ਲੋਕ ਕਿੰਨਿਆਂ ਸੁੱਖਿਆ ਨਾਲ ਚੜਾਉਂਦੇ ਨੇ ਆ ਨਾ ਖਾਇਆ ਕਰ ਅਖੀਰ ਬੀਰ ਬੀਰੂ ਸੁਣ ਹੋ ਗਿਆ ਉਸ ਦਿਨ ਤੋਂ ਬਾਅਦ ਜਿੰਨਾ ਖਾਂਦਾ ਉਦੋਂ ਵੱਧ ਜਾਂਨ ਤੋੜ ਕੇ ਕੰਮ ਕਰਦਾ ਜਦ ਟੱਬਰ ਤੜਫਿਆ ਦੁਨੀਆ ਸ਼ੱਕਦੀ ਏ ਤੇਰੇ ਤੇ ਵਕਤ ਚੜ ਗਿਆ ਭਾਰ ਨਾ ਸਾਹੂ ਮੈਂ ਤਾਂ ਪਹਿਲਾਂ ਹੀ ਅੱਗ 'ਚ ਸੜਿਆ ਲੱਸੀ ਵੀ ਫੂਕ ਕੇ ਪਿਉ ਤੱਬਰਸਲਾ ਕੀਤੀ ਐਂ ਕਰੋ ਇਹਨੂੰ ਤੁਰਦਾ ਕਰੋ ਪਿੰਡ ਈਸਰੀ ਹਾਜਰੀ ਲੈ ਕੇ ਆਈ ਵੀਰੂ ਘਰੇ ਸੀ ਪਿੰਡ ਆ ਗਿਆ ਵੀਰੂ ਕੀ ਹੋਇਆ ਸੋਚਦਾ ਹੁਣ ਤਾਂ ਹਾਜਰੀ ਲੈ ਆਈ ਦੁਪਹਿਰੇ ਕੀ ਕਰੂੰ ਪੱਲਾ ਦੇਖੀ ਨਹੀਂ ਤੋਰਿਆ ਪੁੱਤਾਂ ਨੇ ਨਾ ਗੱਲ ਸੁਣ ਲੈ ਮੇਰਾ ਮੁੰਡਾ ਬਾਹਰ ਖਲਾੜ ਤੇ ਜਾਂਦਾ ਤੈਨੂੰ ਤੂੰ ਵੀ ਨਾਲ ਚੱਲ ਜਾਇਆ ਕਰ ਦਿਹਾੜੀ ਦਾਪਾ ਦੇਖ ਲਿਆ ਕਰ ਨਾਲੇ ਚੱਲੇ ਜਾਇਆ ਕਰ ਤੇਰਾ ਮੁੰਡਾ ਖਲਾੜ ਤੇ ਜਾਂਦਾ ਉਹ ਕੀ ਕਰਦਾ ਉੱਥੇ ਕੁਛ ਨਹੀਂ ਇੱਥੇ ਖਲਾੜ ਲਾਇਆ ਰਮਤਿਆਂ ਨੇ ਬਹੁਤ ਵੱਡਾ ਰਮਤਿਆਂ ਨੇ ਇਹ ਕੀ ਕਹਾਣੀ ਹਾਂ ਖਲਾੜ ਤੇ ਕੰਮ ਕਰਦੇ ਉਹਨਾਂ ਕੋਲ ਕਿੱਥੋਂ ਗੰਨੇ ਦਾ ਪਤਾ ਨਹੀਂ ਕਿੱਥੋਂ ਕਿੱਥੋਂ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਲਿਆਉਂਦੇ ਨੇ ਖਲਾੜ ਉਹਨਾਂ ਦਾ ਵਿਖਦਾ ਬਹੁਤ ਆ ਰਮਤਿਆਂ ਦਾ ਸਕੀਪੇਖ ਹੈ ਉਹਦੇ ਕਰਕੇ ਲੋਕ ਕਹਿੰਦੇ ਨੇ ਉਹਨਾਂ ਤੋਂ ਲੋਕ ਗੁੜ ਜਾ ਕੇ ਲੋ ਜੀ ਦੂਜੇ ਦਿਨ ਕਲਾਰ ਜਿਹੜਾ ਤਖਾਣਾ ਨੇ ਬਹੁਤ ਵੱਡਾ ਲਾਇਆ ਜਰਨੈਲਿਸ ਸੜਕ ਤੇ ਉੱਥੇ ਵੀ ਬੀਰੂ ਝੋਕਾ ਲਾਉਣ ਲੱਗ ਗਿਆ ਹਮੀ ਪਰੀ ਢਲੀ ਰਾਤ ਕਲਾਰ ਤੇ ਜਾ ਰੁਕਿਆ ਕਲਾਰ ਸੜਕ ਤੋਂ ਹਟਮਾਤੀ ਦਿਨ ਚੜੇ ਮਾਲਕਾਏ ਝੋਕਿਆਂ ਨੂੰ ਚਾਹ ਦੀ ਹਾਕ ਪਈ ਸੂਰਤੀ ਤੇ ਬੀਰੂ ਵੀ ਬਾਹਰ ਆ ਗਏ ਸੂਰਤੀ ਈਸਰੀ ਦਾ ਮੁੰਡਾ ਸੀ ਬੀਰੂ ਦੇਖਿਆ ਛਾਂ ਥੱਲੇ ਧੋਤੀ ਤੇ ਚੋਲਿਆਂ ਵਾਲੇ ਸੀ ਬੀਰੂ ਕਹਿੰਦਾ ਕੌਣ ਨੇ ਇਹ ਇਹੀ ਤਾਂ ਮਾਲਕ ਨੇ ਝੁੰਡੇ ਦੀ ਪੱਤੀ ਵਾਲੇ ਇਹ ਕੀ ਬਣੇ ਫਿਰਦੇ ਨੇ ਰਮਤੇ ਕਿਉਂ ਰਮਤਾ ਦਾ ਇਹਨਾਂ ਦਾ ਫੜਾ ਸੀ ਇਹ ਰਮਤੇ ਕਿਵੇਂ ਬਲਚਾ ਤੂੰ ਛੱਡ ਚੱਲ ਤੂੰ ਕਿਉਂ ਕਹ ਨਾ ਨਾ ਮੈਂ ਪੁੱਛਣਾ ਲੋਕ ਇੱਜ਼ਤ ਕਰਦੇ ਆ ਬਾਣੇ ਦੀ ਚੀਜ਼ ਲੈਣ ਲੱਗੇ ਪਾਧਾ ਨਹੀਂ ਪੁੱਛਦੇ ਵੀ ਧਰਮੀ ਬੰਦਿਆਂ ਦੇ ਹੱਥੋਂ ਬਣਿਆ ਗੁੜ ਦੁੱਧ ਲੱਸੀ ਕਿਉਂ ਜਿਸ ਮਰਜ਼ੀ ਵੇਚੀ ਜਾਓ ਮਹਿੰਗਾ ਵਿਕਦਾ ਤਾਂ ਲੈਣ ਵਾਲੇ ਸੋਚਦੇ ਨੇ ਧਰਮੀ ਬੰਦਿਆਂ ਤੋਂ ਪਰ ਆਪਾਂ ਤਾਂ ਇੱਕ ਪਿੰਡੋਂ ਲਿਆਇਆ ਤੇ ਆਹ ਪਈਏ ਬਣਾਈ ਜਾਂਦੇ ਨੇ ਇਹ ਤਾਂ ਸੁੱਚਮ ਹੈ ਨਹੀਂ ਤੂੰ ਤਾਂ ਕਮੜਾਤਾ ਹੈ ਗੁੜ ਚ ਕੀ ਲਿਖਿਆ ਕੀ ਨਹੀਂ ਬਣਾਇਆ ਕਿਉਂ ਕਮਲਾ ਬਣਦਾ ਤੂੰ ਆਪਣੀ ਦਿਹਾੜੀ ਲਾਜਾ ਚਾਹ ਪੀ ਨਾ ਤੂੰ ਪਹਿਲਾਂ ਨਹੀਂ ਦੱਸਿਆ ਮੈਨੂੰ ਕੀ ਬਈ ਬਣਾਉਂਦੇ ਮਾਤੜਾ ਵਿਖਦਾ ਬਾਣੇ ਦੇ ਨਾਉਤੇ ਆ ਚਲ ਆਪਾਂ ਨੂੰ ਕੀ ਐ ਤੂੰ ਚਾਹ ਪੀ ਦਿਹਾੜੀ ਲੈ ਕੀ ਕਿਹਾ ਵੀਰ ਨੂੰ ਸੱਪ ਲੜ ਗਿਆ ਉਹਨੇ ਚਾਹ ਪਰਾਂ ਤੱਕਦੀ ਮੈਂ ਤਾਂ ਰੱਬ ਦਾ ਰੂਪ ਸਮਝਦਾ ਰੰਤਿਆਂ ਨੂੰ ਮੱਥਾ ਟੇਕਦਾ ਦੂਰੋਂ ਇਹ ਨਾ ਰੱਬ ਵੀ ਵਿੱਚ ਇੱਕ ਢੀਸੇ ਆਪਣੀ ਨਾ ਬਈ ਅੱਗ ਚੁੱਬੇ ਚੋਂ ਨਿਕਲ ਬਾਹਰ ਮੱਤ ੁੱਠੀ ਇੰਜਣ ਰੁਕਿਆ ਮਾਲਕ ਦੌੜੇ ਕੀ ਹੋਇਆ ਕੀ ਹੋਇਆ ਜਾਂਦਾ ਜੀ ਵੀਰੂ ਸੂਰਤੀ ਨੇ ਕਿਹਾ ਕਿਉਂ ਸੌ ਕੀ ਦੇ ਤੂੰ ਵੀਰੂ ਮੁੰਡਿਆਂ ਦੀਆਂ ਅੱਖਾਂ ਚ ਝਾਕਿਆ ਵੱਡਾ ਲੜਕਾ ਸੁੰਦਰ ਮਠਾੜੂ ਦਾ ਰਮਤੇ ਦਾ ਹਾਂ ਉਹ ਤੇਰੇ ਪਿਓ ਦਾ ਲੋਕ ਨਾਂ ਲੈ ਕੇ ਉੱਠਦੇ ਦੀ ਮੈਂ ਨਹੀਂ ਮੈਂ ਨਹੀਂ ਝੂਠ ਬੋਲਦਾ ਤੁਸੀਂ ਕੱਤੋਂ ਲੱਗ ਗਏ ਕੀ ਝੂਠ ਬੋਲਿਆ ਸੀ ਤਿੰਨੇ ਭੱਜ ਕੇ ਪਏ ਪਹਿਲੀ ਗੱਲ ਥੋੜਾ ਬਡਾਰੂ ਰਮਤਾ ਸੀ ਜਿਹੜਾ ਸਭ ਕੁਝ ਛੱਡ ਕੇ ਨਿਕਲ ਗਿਆ ਜਿੰਨ ਜੰਗਲਾਂ ਨੂੰ ਅਚਾਲ ਅਗਿਓ ਅੱਲ ਪੈ ਗਈ ਉਹ ਵੀ ਮੰਨੀ ਬਾਣਾ ਧਾਰ ਲਿਆ ਉਹ ਵੀ ਮੰਨਿਆ ਤੁਸੀਂ ਆਪ ਬੀਜ ਦੇ ਇੱਕ ਵੱਢ ਦੇ ਛਿੱਲ ਦੇ ਝੋਕਾ ਲਾਉਂਦੇ ਪਕਾਉਂਦੇ ਫਿਰ ਵੇਚਦੇ ਫਿਰ ਬਜਦਾ ਰਮਤਿਆਂ ਦਾ ਗੁੜ ਧਰਮੀ ਅੱਲ ਲਾਲਿਆਂ ਦੇ ਹੱਥ ਦਾ ਹੁਣ ਕਿਸੇ ਬੀਜਿਆ ਕਿਸ ਪੀੜਿਆ ਕਿਸ ਪਕਾਇਆ ਤੁਸੀਂ ਵੇਚਣ ਬਹਿ ਗਏ ਕਿਸਦੇ ਜਵਾਖ ਨੂੰ ਝੱਗਾ ਪਵਾਓ ਤਾਂ ਆਪ ਪਿਓ ਬਣ ਕੇ ਤੁਸੀਂ ਤਖਾਨ ਮੱਤ ੁੱਠੇ ਹੱਦ ਹੋ ਗਈ ਹਰ ਚੀਜ਼ ਮੁੱਢ ਤੋਂ ਆਖਰ ਤੱਕ ਕਿਵੇਂ ਬਣਾ ਲੂ ਕੋਈ ਮੁੰਡਿਆਂ ਨੇ ਕਿਹਾ ਨਾ ਸਾ ਉੱਪਰ ਰੰਤਿਆਂ ਦਾ ਕਹਿ ਕੇ ਧੋਖਾ ਕਰਦੇ ਓ ਤੁਸੀਂ ਅਚਾਨਕ ਲੱਗਾ ਸਾਰੇ ਕੰਮੇ ਸੁਣਦੇ ਉਹਨਾਂ 35 ਵਜਾ ਚੱਲ ਤੇਰਾ ਸਿਰ ਕਿਹਾ ਸਿਰ ਮੱਥੇ ਪਰ ਕੰਮ ਨਾ ਰੋਕ ਨਾ ਦਿਹਾੜੀ ਤੋੜ ਆਪਣੇ ਢਿੱਡ ਚ ਲਾਤਣਾ ਮਾਰ ਜੇ ਗਲਤੀ ਨਾਲ ਅਸੀਂ ਕਰਾਂਗੇ ਤਾਂ ਸਾਨੂੰ ਰੱਬ ਦੇ ਕੋ ਕੀ ਕਿਹਾ ਏ ਬੀਰੂ ਪੱਜ ਕੇ ਪਿਆ ਤੈਨੂੰ ਦੇਖਣਾ ਦੇਖੇ ਮੇਰੀ ਜਾਣਦੀਆ ਜੁੱਤੀ ਆਪਣਾ ਡਰ ਮਾਰਦਾ ਮੈਨੂੰ ਹੱਦ ਹੋ ਗਈ ਕਾਰੋਬਾਰ ਸਾਡਾ ਅਸੀਂ ਜੋ ਮਰਜ਼ੀ ਕਰੀਏ ਤੈਨੂੰ ਕੀ ਡਰਾਂ ਬਈ ਦੱਸਾਂ ਕੀ ਡਰਾਂ ਦੱਸ ਪਿਓ ਕਹਿੰਦਾ ਹੁੰਦਾ ਅਸੀਂ ਮੇਰਾ ਇੱਕ ਸਾਧ ਮਾਰ ਕੇ ਸੁਰਗ ਚ ਜਮਾ ਨੇ ਰੋਕ ਲਿਆ ਕਹਿੰਦਾ ਤੂੰ ਜਾ ਸਕਦਾ ਅੰਦਰ ਪਰ ਤੇਰੀ ਇੱਕ ਉਂਗਲ ਨਹੀਂ ਜਾ ਸਕਦੀ ਉਹ ਕਹਿੰਦਾ ਕਿਉਂ ਬਈ ਕਹਿੰਦਾ ਤੇਰਾ ਕੇਰਾ ਤੈਨੂੰ ਕਸਾਈਆਂ ਨੇ ਪੁੱਛਿਆ ਵੀ ਇੱਧਰ ਗਊ ਤਾਂ ਨਹੀਂ ਗਈ ਤੈਂ ਕੁੰਗਲ ਦੇ ਸਾਰੇ ਨਾਲ ਦੱਸ ਕੇ ਗਊ ਮਰਵਾ ਦਿੱਤੀ ਦੀ ਗੱਲ ਸੁਣ ਓਏ ਮੀਰੂ ਚੀਕਿਆ ਮਨ ਲ ਨਰਕ ਸੁਰਗ ਝੂਠ ਹੈ ਕੇਰਾ ਇੱਕ ਪਾਪ ਹੋ ਗਿਆ ਸੀ ਮੈਥੋਂ ਅਨਪੋਲ ਕੀੜਿਆਂ ਤੇ ਭੌਂ ਤੇ ਜਾ ਕੇ ਬੈਠਿਆ ਸੀ ਹੁਣ ਜੇ ਮਰੇ ਤੋਂ ਰੱਬ ਨੇ ਪੁੱਛਣਾ ਵੀ ਕੰਜਰਾ ਠੱਗੀ ਦੇਖ ਵੀ ਲਈ ਤੇ ਨਾਲ ਵੀ ਰਲਿਆ ਰਹਾ ਹੁਣ ਕਿਹੜੇ ਪੌਣ ਤੇ ਮੈਂ ਬੈਠੂ ਰਹੀ ਗੱਲ ਢਿੱਡ ਤੇ ਲੱਤ ਮਾਰਦੀ ਧਾਰ ਨਹੀਂ ਮਾਰਦਾ ਮੈਂ ਇਸ ਕਮਾਈ ਤੇ ਓਏ ਕਿਸੇ ਰੋਹ ਵਿੱਚ ਬੀਰੂ ਪਰਨਾ ਛੱਡ ਮੋਢਿਆਂ ਤੇ ਸਿੱਟ ਤੁਰਿਆ ਜਾ ਰਿਹਾ ਸੀ ਤੇ ਅੱਜ ਡਿੰਗ ਬੀਰੂ ਦੀ ਜਵਾਨੀ ਆਲੇ ਸੀ ਡੇਢ ਡਿੰਗ ਲੋਕਾਂ ਦੀ ਪਿੱਛੋਂ ਸੂਰਤੀ ਨੇ ਇਸਰੀ ਦੇ ਮੁੰਡੇ ਨੇ ਕਿਹਾ ਬਾਹਰ ਆ ਜਾ ਰਾਮਤਿਆਂ ਨੂੰ ਮਿੱਧ ਕੇ ਬੀਰੂ ਪਿੰਡ ਨੂੰ ਤੁਰਿਆ ਜਾ ਰਿਹਾ ਸੀ ਵਪਾਰਕ ਸੰਦੇਸ਼